ਸਟੈਪਿੰਗ ਸਟੋਨਸ ਪੰਜਾਬੀ ਐ ਸੈਕੰਡ ਲੈਂਗੁਏਜ ਦੇ ਪੰਜਾਬੀ ਰੀਡਰ ਚਾਰ ਵਿੱਚ ਹੀ ਆਇਆ ਨੂੰ ਇਸ ਕਿਤਾਬ ਵਿੱਚ 25 ਪਾਠ ਹਨ ਹਰ ਪਾਠ ਵਿੱਚ ਨਵਾਂ ਵਿਸ਼ਾ ਨਵੇਂ ਸ਼ਬਦ ਅਤੇ ਨਵੀਂ ਗ੍ਰਾਮਰ ਸਿੱਖਾਂਗੇ ਤੁਸੀਂ ਰੋਜ਼ 7 ਮਿੰਟ ਪੰਜਾਬੀ ਸਿੱਖਣ ਤੇ ਲਾਓ 1 ਮਿੰਟ ਦਾ ਟਾਈਮਰ ਲਾਓ ਇਸ ਕਿਤਾਬ ਵਿੱਚ ਪੰਜਾਬੀ ਦੇ ਕੁਝ ਸ਼ਬਦ ਪੜੋ 1 ਮਿੰਟ ਬਾਅਦ ਸ਼ਬਦ ਗਿਣ ਕੇ ਇੱਕ ਰੀਡਿੰਗ ਲੌਗ ਵਿੱਚ ਲਿਖੋ ਕਿੰਨੇ ਸ਼ਬਦ ਪੜੇ ਛੇਤੀ ਤੁਸੀਂ 1 ਮਿੰਟ ਵਿੱਚ 40 ਸ਼ਬਦ ਪੜੋਗੇ ਫਿਰ 2-3 ਮਿੰਟ ਪੰਜਾਬੀ ਲਿਖੋ ਤੁਸੀਂ 15-20 ਸ਼ਬਦ ਜਾਂ 2-3 ਵਾਕ ਲਿਖੋਗੇ ਫਿਰ ਇੱਕ ਲਾਈਨ ਜਪਜੀ ਸਾਹਿਬ ਦੀ ਯਾਦ ਕਰੋ ਇਹ ਸਾਰੀਆਂ ਗੱਲਾਂ ਤੁਸੀਂ 7 ਮਿੰਟ ਵਿੱਚ ਕਰ ਸਕਦੇ ਹੋ ਤੇ 7 ਮਿੰਟ ਰੋਜ਼ ਪੰਜਾਬੀ ਪੜ੍ਹ ਕੇ ਵਧੀਆ ਪੰਜਾਬੀ ਦੇ ਰੀਡਰ ਬਣ ਸਕਦੇ ਹੋ ਚਲੋ ਫਿਰ ਚੱਲੀਏ ਤੇ ਪੰਜਾਬੀ ਰੀਡਰ ਦਾ ਅੱਜ ਦਾ ਪਾਠ ਪੜ੍ਹੀਏ ਸੋ ਪચ્ચી ਪਾਠ ਅਸੀਂ ਪੜ੍ਹਾਂਗੇ ਠੀਕ ਹੈ ਇਹ ਤੇ ਸਟੈਂਡਰਡਸ ਲਿਖੇ ਹੋਏ ਆ ਜਿਵੇਂ ਤੁਸੀਂ ਇੰਗਲਿਸ਼ ਵਿੱਚ ਤੁਹਾਡੇ ਸਟੈਂਡਰਡਸ ਹੁੰਦੇ ਆ ਪੰਜਾਬੀ ਵਿੱਚ ਵੀ ਸਟੈਂਡਰਡਸ ਹੈਗੇ ਆ ਫਸਟ ਲੈਸਨ ਹੈ ਕਸਾਡਾ ਇੰਟਰੋਡਕਸ਼ਨਸ ਦਾ ਤੁਹਾਨੂੰ ਇੰਟਰੋਡਕਸ਼ਨ ਕਰਨੀ ਆਂਦੀ ਹੈ ਠੀਕ ਹੈ ਤੁਸੀਂ ਹੈਲੋ ਵੀ ਕਹਿੰਦੇ ਹੋ ਸਤਿ ਸ੍ਰੀ ਅਕਾਲ ਵੀ ਕਹਿੰਦੇ ਹੋ ਤੇ ਅਸੀਂ ਪੰਜਾਬੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਠੀਕ ਹੈ ਤੇ ਇੱਕ ਹੋਰ ਗੱਲ ਤੁਸੀਂ ਹਾਲਚਲ ਪੁੱਛਣਾ ਹੁੰਦਾ ਰਾਈਟ ਸੋ ਉਹ ਵੀ ਤੁਸੀਂ ਕਰ ਸਕਦੇ ਹੋ ਤੁਹਾਨੂੰ ਉਹ ਵੀ ਆਂਦਾ ਹੈ ਆਪਣੇ ਬਾਰੇ ਜਾਣਕਾਰੀ ਦੇ ਸਕਦੇ ਹੋ ਤੁਸੀਂ ਆਪਣਾ ਨਾਮ ਦਾ ਸਕਦੇ ਹੋ ਤੁਸੀਂ ਆਪਣੇ ਉਮਰ ਦੱਸ ਸਕਦੇ ਹੋ ਤੁਹਾਨੂੰ ਕੀ ਚੀਜ਼ ਪਸੰਦ ਹੈ ਉਹ ਦੱਸ ਸਕਦੇ ਹੋ ਤੇ ਇੱਕ ਗੱਲ ਤੁਸੀਂ ਕਹਿਣੀ ਸਿੱਖੋਗੇ ਤੁਹਾਨੂੰ ਮਿਲ ਕੇ ਖੁਸ਼ੀ ਹੋਈ ਠੀਕ ਹੈ ਸਾਰੇ ਬੋਲੋ ਤੁਹਾਨੂੰ ਮਿਲ ਕੇ ਖੁਸ਼ੀ ਹੋਈ ਫਿਰ ਤੁਸੀਂ ਕਹਿ ਸਕਦੇ ਹੋ ਜਦੋਂ ਐਂਡ ਕਰਨਾ ਹੁੰਦਾ ਤੁਸੀਂ ਕਹਿੰਦੇ ਹੋ ਚੱਲ ਚਲਦੇ ਆ ਸਤਿ ਸ੍ਰੀ ਅਕਾਲ ਜੀ ਠੀਕ ਹੈ ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਚਲ ਠੀਕ ਹੈ ਸਤਿ ਸ੍ਰੀ ਅਕਾਲ ਜੀ ਠੀਕ ਹੈ ਇਹ ਤੁਸੀਂ ਬੋਲਣ ਦੀ ਪ੍ਰੈਕਟਿਸ ਕਰੋਗੇ ਨੈਕਸਟ ਪਾਰਟ ਲੈਸਨ ਦਾ ਹੈਗਾ ਤੁਸੀਂ ਜੇ ਤੁਹਾਨੂੰ ਕੋਈ ਮਦਦ ਚਾਹੀਦੀ ਹੈ ਕੋਈ ਹੈਲਪ ਚਾਹੀਦੀ ਹੈ ਤਾਂ ਤੁਸੀਂ ਕੀ ਕਹਿ ਸਕਦੇ ਹੋ ਰਾਈਟ ਸੋ ਇਹ ਕੁਝ ਐਗਜ਼ਾਮਪਲਸ ਹੈਗੇ ਆ ਤਾਂ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਆਂਟੀ ਜੀ ਟੀਚਰ ਜੀ ਅੰਕਲ ਸਰ ਮੈਡਮ ਪੈਨ ਜੀ ਮੈਨੂੰ ਸਮਝ ਨਹੀਂ ਆਈ ਇੱਕ ਵਾਰੀ ਫਿਰ ਦੱਸਨਾ ਮੈਨੂੰ ਸੁਣਿਆ ਨਹੀਂ ਤੁਸੀਂ ਇੱਕ ਵਾਰੀ ਫਿਰ ਦੱਸ ਸਕਦੇ ਹੋ ਤੁਸੀਂ ਕੀ ਕਿਹਾ ਇੱਕ ਵਾਰੀ ਫਿਰ ਕਹਿਣਾ ਜੀ ਕਿਰਪਾ ਕਰਕੇ ਦੁਬਾਰਾ ਦੱਸ ਦਿਓ ਜੀ ਤੁਸੀਂ ਨੋਟ ਕਰੋ ਕਿ ਇਸਦੇ ਵਿੱਚ ਚਾਰ ਵਰਬ ਯੂਜ਼ ਕੀਤੇ ਦੱਸਣਾ ਦੱਸ ਸਕਦੇ ਕਹਿਣਾ ਤੇ ਦੱਸ ਦਿਓ ਠੀਕ ਹੈ ਸੋ ਇਹ ਡਿਫਰੈਂਟ ਤਰੀਕੇ ਨਾਲ ਅਸੀਂ ਸੇਮ ਗੱਲ ਕਮਿਊਨੀਕੇਟ ਕਰ ਸਕਦੇ ਹਾਂ ਜੇ ਤੁਹਾਨੂੰ ਟਾਈਮ ਹੋਏਗਾ ਬਾਅਦ ਵਿੱਚ ਤੇ ਤੁਸੀਂ ਇਹੀ ਸ਼ਬਦ ਟਰੇਸ ਕਰਕੇ ਲਿਖੋਗੇ ਤਾਂ ਕਿ ਤੁਹਾਨੂੰ ਲਿਖਣ ਦੀ ਵੀ ਪ੍ਰੈਕਟਿਸ ਹੋ ਜਾਏ ਅਸੀਂ ਇੱਕ ਹੋਰ ਕਿਉਂ ਬੋਲਦੇ ਹਾਂ ਕਿ ਸਾਨੂੰ ਜੇ ਪਰਮਿਸ਼ਨ ਚਾਹੀਦੀ ਹੋਵੇ ਅਸੀਂ ਕੋਈ ਕੰਮ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਪੁੱਛਦੇ ਹਾਂ ਟੀਚਰ ਨੂੰ ਰਾਈਟ ਤੁਸੀਂ ਕਹਿ ਸਕਦੇ ਹੋ ਮੈਨੂੰ ਪਿਆਸ ਜਾਤਰੀ ਲੱਗੀ ਹੈ ਮੈਂ ਪਾਣੀ ਪੀ ਸਕਦਾ ਹਾਂ ਜਾਂ ਮੈਂ ਪਾਣੀ ਪੀ ਸਕਦੀ ਹਾਂ ਮੈਂ ਬਾਥਰੂਮ ਜਾ ਸਕਦਾ ਹਾਂ ਮੈਂ ਬਾਥਰੂਮ ਜਾ ਸਕਦੀ ਹਾਂ ਮੇਰਾ ਪੇਟ ਦੁਖਦਾ ਹੈ ਮੈਂ ਨਰਸ ਕੋਲ ਜਾ ਸਕਦਾ ਹਾਂ ਮੈਂ ਨਰਸ ਕੋਲ ਜਾ ਸਕਦੀ ਹਾਂ ਮੇਰੇ ਕੋਲ ਪੈਨਸਲ ਨਹੀਂ ਮੈਂ ਪੈਨਸਲ ਲੈ ਸਕਤੀ ਹਾਂ ਮੈਂ ਪੈਨਸਲ ਲੈ ਸਕਤਾ ਹਾਂ ਤੇ ਤੁਸੀਂ ਜੇ ਮੰਮੀ ਕੋਲ ਪਰਮਿਸ਼ਨ ਲੈਣੀ ਹੋਵੇ ਤੁਸੀਂ ਕਹੋਗੇ ਮੰਮੀ ਮੈਂ ਸਾਰਾ ਘਰ ਦਾ ਕੰਮ ਕਰ ਲਿਆ ਹੁਣ ਮੈਂ ਟੀਵੀ ਦੇਖ ਸਕਦਾ ਹਾਂ ਮੈਂ ਟੀਵੀ ਦੇਖ ਸਕਦੀ ਹਾਂ ਜਾਂ ਮੈਂ ਗੇਮ ਖੇਡ ਸਕਦਾ ਹਾਂ ਮੈਂ ਗੇਮ ਖੇਡ ਸਕਦੀ ਹਾਂ ਰਾਈਟ ਐਸਟਨਾ ਤੁਸੀਂ ਪੰਜਾਬੀ ਬੋਲਣ ਦੀ ਪ੍ਰੈਕਟਿਸ ਕਰੋਗੇ ਇੱਕ ਹੋਰ ਕੰਮ ਬੜਾ ਵਧੀਆ ਕਰਦੇ ਆਸੀ ਅਸੀਂ ਡਾਇਰੈਕਸ਼ਨਸ ਦਿੰਨੇ ਆ ਜਾਂ ਡਾਇਰੈਕਸ਼ਨਸ ਫਾਲੋ ਕਰਦੇ ਆ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਹਿਲੇ ਤੁਸੀਂ ਕਵਰ ਦਾ ਕੰਮ ਕਰੋ ਫਿਰ ਤੁਸੀਂ ਸਨੈਕ ਕਰੋ ਫਿਰ ਤੁਸੀਂ ਖੇਡ ਸਕਦੇ ਹੋ ਇਹ ਡਾਇਰੈਕਸ਼ਨਸ ਨੇ ਠੀਕ ਹੈ ਹੁਣ ਅਸੀਂ ਡਾਇਰੈਕਸ਼ਨਸ ਕਰਾਂਗੇ ਹਾਊ ਟੂ ਡੂ ਨਾਮ ਜਪੋ ਨਾਮ ਜਪਣ ਇਸ a very good practice in daily life and we need to learn how to do it so ਅਸੀਂ ਪੰਜਾਬੀ ਦੀ ਪ੍ਰੈਕਟਿਸ ਵੀ ਕਰਾਂਗੇ ਪੜਨ ਦੀ ਤੇ ਨਾਮ ਜਪਣਾ ਵੀ ਸਿੱਖਾਂਗੇ so ਇਹਦੇ ਵਿੱਚ ਟੋਟਲ 68 ਅਟਾਤ ਸ਼ਬਦ ਨੇ ਠੀਕ ਹੈ ਅਸੀਂ ਦੇਖੋ ਕਿ ਕਿੰਨੀ ਜਲਦੀ ਇਹਨਾਂ ਨੂੰ ਪੜ ਸਕਦੇ ਹਾਂ ਨਾਮ ਜਪਣ ਦਾ ਤਰੀਕਾ ਸਿੱਖ ਰਬ ਜਾਂ ਪ੍ਰਭੂ ਜਾਂ ਵਾਹਿਗੁਰੂ ਦਾ ਨਾਮ ਪ੍ਰੇਮ ਨਾਲ ਜਪਦੇ ਹਨ ਉਹ ਕਹਿੰਦੇ ਹਨ ਕਿ ਰੱਬ ਜਾਂ ਪ੍ਰਭੂ ਦਾ ਨਾਮ ਜਪਣਾ ਤਾਂ ਬਹੁਤ ਸੌਖਾ ਹੈ ਬਸ ਦੋ ਹੀ ਕੰਮ ਕਰਨੇ ਹਨ ਕਿ ਉਹ ਕਿਨੇ ਨੰਬਰ 1 ਜਦਸਾ ਅੰਦਰ ਜਾਵੇ ਤਾਂ ਬੋਲੋ ਵਾਹੇ ਜਦਸਾ ਬਾਹਰ ਆਵੇ ਤਾਂ ਬੋਲੋ ਗੁਰੂ ਹਰ ਸਾਨਲ ਬੋਲੋ ਵਾਹੇ ਗੁਰੂ ਬਸ ਇਸ ਤਰ੍ਹਾਂ ਹੀ ਰੱਬ ਦਾ ਨਾਮ ਜਪਣਾ ਹੈ ਚਲੋ ਅਪਨਾਂ ਜਪੀਏ ਵਾਹਿਗੁਰੂ ਵਾਹਿਗੁਰੂ ਸ਼ਾਬਾਸ਼ ਸੋ ਇਹ ਹਗਾਸਰ ਦਾ ਲੈਸਨ ਤੇ ਤੁਸੀਂ ਇਹਨਾਂ ਨੂੰ ਯਾਦ ਕਰਕੇ ਕਿਸੇ ਨੂੰ ਡਾਇਰੈਕਸ਼ਨਸ ਦੇਣੀ ਹੈ ਕਿ ਨਾ ਕਿਵੇਂ ਜਪਣਾ ਮੇਬੀ ਮੰਮੀ ਨੂੰ ਮੇਬੀ ਡੈਡੀ ਨੂੰ ਮੇਬੀ ਆਪਣੇ ਕਿਸੇ ਫਰੈਂਡ ਨੂੰ ਮੇਬੀ um ਛੋਟੀ ਸਿਸਟਰ ਨੂੰ ਜਾਂ ਬ੍ਰਦਰ ਨੂੰ ਠੀਕ ਹੈ ਅੱਜ ਤੇ ਹੋਮਵਰਕ ਵਾਸਤੇ ਤੁਸੀਂ ਆਪਣੀ ਇੰਟਰੋਡਕਸ਼ਨ ਲਿਖੋਗੇ ਆਪਣੇ ਬਾਰੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇ ਮੈਂ ਤੁਹਾਨੂੰ ਜਾਣਦੀ ਨਹੀਂ ਤੇ ਮੈਂ ਤੁਹਾਨੂੰ ਕਿਵੇਂ ਜਾਣ ਸਕਦੀ ਆ ਠੀਕ ਹੈ ਤੁਸੀਂ ਇਹ ਡਾਇਰੈਕਸ਼ਨਸ ਪੜ੍ਹ ਕੇ ਤੇ ਤੁਸੀਂ ਆਪਣੇ ਬਾਰੇ ਲਿਖੋ ਪਹਿਲੇ ਤੁਸੀਂ ਇੰਗਲਿਸ਼ 'ਚ ਲਿਖ ਸਕਦੇ ਹੋ ਫਿਰ ਤੁਸੀਂ ਪੰਜਾਬੀ ਵਿੱਚ ਲਿਖ ਸਕਦੇ ਹੋ ਤੇ ਇੱਕ ਹੋਮਵਰਕ ਤੁਸੀਂ ਕਰਨਾ ਹੈ ਕਿ ਇਹ ਸ਼ਬਦਾਂ ਨੂੰ ਤੁਸੀਂ ਪੜੋਗੇ ਤੇ ਟ੍ਰੇਸ ਕਰੋਗੇ ਤੇ ਲਿਖੋਗੇ ਠੀਕ ਹੈ ਇਹਦੇ ਨਾਲ ਕੀ ਹੋਏਗਾ ਤੁਹਾਨੂੰ ਪੰਜਾਬੀ ਪੜ੍ਹਨੀ ਵੀ ਆ ਜਾਏਗੀ ਲਿਖਣੀ ਵੀ ਆ ਜਾਏਗੀ ਬੋਲਣੀ ਵੀ ਆ ਜਾਏਗੀ ਠੀਕ ਹੈ ਸੋ ਇਹ ਸਾਡਾ ਅੱਜ ਦਾ ਲੈਸਨ ਸੀ ਤੇ ਆਪਾਂ ਅਗਲੀ ਵਾਰੀ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ